ਵੀਡੀਓ ਦੇ ਵਿੱਚ ਵੀ ਮੈਂ ਆਵਾਜ਼ ਦਿੱਤੀ ਸੀ ਕਿ ਫੀਡ ਦੀਆਂ ਝੋਟੀਆਂ ਸਾਂ ਨਹੀਂ ਦੇਣੀਆਂ, ਗਾਹਕ ਨਾਰਾਜ਼ ਹੁੰਦਾ ਹੋ ਜਾਵੇ, ਅਸਾਂ ਫੀਡ ਦੀ ਝੋਟੀ ਨਹੀਂ ਦੇਣੀ ਕਿਸੇ ਨੂੰ। ਠੀਕ ਹੈ, ਜਿੱਥੋਂ ਫੀਡ ਦੀ ਲੱਭਦੀ ਨੇ ਉੱਥੋਂ ਬੰਦੇ ਲੈਂਦੇ ਨੇ, ਉਹ ਪਾਣ ਜਾਂਦੇ ਨੇ, ਜਿਹੜਾ ਅਸੀਂ ਝੋਟੀਆਂ ਦਿੰਦੇ ਹਾਂ ਹੋਰ ਕੋਈ ਦੇ ਨਹੀਂ ਸਕਦਾ, ਫੀਡ ਦੀਆਂ ਝੋਟੀਆਂ ਅਸੀਂ ਵੀ ਦੇ ਸਕਣੇ। ਫੀਡ ਦੀ ਝੋਟੀਆਂ ਦੇ ਵਿੱਚ ਵੱਧ ਦਵਾਵਾਂ ਨਹੀਂ ਲੈਣੀਆਂ, ਫੀਡ ਦੀ ਝੋਟੀ ਦਾ ਬਾਜ ਹੀ ਮਤਲਬ ਹੈ ਕਿ ਜਿਹੜੀ ਨੈਸ਼ਨਲ ਨਾ ਕਿ ਫੀਡ ਦੀ ਪਲੀ ਹੁੰਦੀ ਹੈ ਨਾ, ਝੋਟੀ ਵੰਡੇ ਦੀ ਪਲੀ ਹੁੰਦੀ ਹੈ, ਠੀਕ ਹੋ ਗਿਆ, ਉਹ ਜਿਹੜੀ ਹੈ ਜਦੋਂ ਤਿਆਰ ਝੋਟੀ ਹੁੰਦੀ ਨਾ ਦੁੱਧ ਨਹੀਂ ਲੈ ਲੈਂਦਾ। ਹਾਂਜੀ, ਤਿੰਨਾਂ ਚੌ ਮਹੀਨੇ ਦੇ ਘੱਪਣ ਲਵੇਗਾ, ਛੇ ਮਹੀਨੇ ਨੂੰ ਸਾਂਭੇਗਾ, ਕਿੰਨਾ ਖਰਚਾ ਹੋਵੇਗਾ? ਦੋਨਾਂ ਖਰਚਾ ਹੋ ਜਾਣਾ, 40-50 ਹਜ਼ਾਰ ਖਰਚਾ ਹੁੰਦਾ ਤਾਂ ਪਵੇਗਾ, ਪੈ ਜਾਣਾ ਭਾਈ। 230 ਦੀ ਜਾਂ 220 ਦੀ ਲੈਂਦਾ ਝੋਟੀ, ਜਦੋਂ 270 ਦੀ ਪੈ ਗਈ ਜੀ ਜੀ ਤਿਆਰ ਕਰਕੇ, ਤਾਂ ਕਿੰਨੇ ਦੀ ਵੇਚੇਗਾ ਝੋਟੀ? ਹਾਂ, ਉਹ ਤਾਂ ਫਿਰ ਉਹਨੇ ਫਿਰ ਕੀ ਕਮਾਇਆ? ਕੋਈ ਸ਼ੈ ਨਹੀਂ ਬਚਦੀ ਉਹਨੂੰ, ਨਹੀਂ ਬਚਦੀ। ਠੀਕ ਹੋ ਗਿਆ, ਵੰਡੇ ਦੀ ਪਲੀ ਵਜ਼ਨ ਬੜਾ ਜ਼ਿਆਦਾ ਹੁੰਦਾ, ਠੀਕ ਹੋ ਗਿਆ, ਜਿਹੜੀ ਮਕਸਦ ਵਾੜੇ ਦੀ ਪਲੀ ਹੈ ਨਾ ਜਾਂ ਘਰ ਦੀ ਪਲੀ ਹੋਈ ਹੈ, ਇਹ ਬੰਦਿਆਂ ਨੇ ਸਿਰਫ ਨਾ ਐਵੇਂ ਬੰਦਿਆਂ ਦਾ ਪਾਗਲ ਬਣਾਇਆ ਹੋਇਆ, ਗੱਭਣਾ ਝੋਟੀਆਂ ਹੀ ਦੇਵਾਂਗੇ ਉਹਦੇ, ਸਿਰਫ ਬੇਵਕੂਫੀ ਹੈ ਜਿਹੜੇ ਸਾਡੇ ਭਰਾ ਜਿਹੜੇ ਨਾ ਗੱਭਣ ਝੋਟੀ ਜਾ ਕੇ ਵੰਡੇ ਦੀ ਪਲੀ ਲੈ ਲੈਂਦੇ, ਦੋ ਦੋ ਢਾਈ ਢਾਈ ਲੱਖ ਦੀ, ਤਿੰਨ ਤਿੰਨ ਲੱਖ ਦੀ ਲੈਂਦੇ ਪਹਿਲਾਂ। ਅੱਛਾ, ਮੈਂ ਆਪ ਦਿੰਦਾ ਪਿਆ, ਮੈਂ ਤਾਂ ਉਹਨਾਂ ਨੂੰ ਦੱਸਦਾ ਪਿਆ ਮੇਰੇ ਕੋਲ ਵੀ ਨਾ ਲਵੋ, ਮੇਰੇ ਕੋਲ ਵੀ ਨਾ ਲਵੋ। ਅੱਛਾ, ਹਾਂਜੀ, ਇਹ ਬਿਹਤਰ ਕਿਸੇ ਅੱਗੇ ਵੀ ਮਸ਼ਰਾ ਵਗਰ ਸਿਆਣੇ ਬੰਦੇ ਕੇ ਕਰਨ ਨਾ, ਇੱਕ ਹੋਰ ਬੰਦਾ ਸਿਆਣੇ ਬੰਦੇ ਕੇ ਕਰਨ, ਉਹਨਾਂ ਕੋ ਪੁੱਛਣ ਯਾਰ ਅਸੀਂ 270 ਦੀ ਝੋਟੀ ਲੈਂਦੇ ਹਾਂ, 18 ਕੈਲਕੂਲੇਟਰ ਮਾਰਨ ਦਾ ਜ਼ਹਿਨ ਜਿਹੜਾ ਅੱਲਾ ਪਾਕ ਨੇ ਕਿਸ ਵਾਸਤੇ ਦਿੱਤਾ? ਸੋਚਣ ਵਾਸਤੇ ਦਿੱਤਾ ਨਾ, ਜ਼ਰਾ ਨੂੰ ਥੋੜਾ ਜਿਹਾ ਗਮਾਵਣ ਕਬਲਾ ਕਿ 2,70,000 ਹਜ਼ਾਰ ਦੀ ਝੋਟੀ ਲੈ ਕੇ 5 ਮਹੀਨੇ ਸਾਂਭ ਕੇ ਜਾਂ 230 ਦੀ ਲੈ ਕੇ 5 ਮਹੀਨੇ ਸਾਂਭ ਕੇ ਕਿੰਨੇ ਦੀ ਵੇਚਣਗੇ? ਉਹਨਾਂ ਕੀ ਖੱਟਿਆ ਫਿਰ? ਕੋਈ ਸ਼ੈ ਨੀ, ਉਹਦੇ ਨਾਲ ਝੋਟੀਆਂ ਫੰਡਲ ਪਾਵਣ, ਜੇ ਅਗਰ ਗੱਭਣੇ ਹੀ ਲੈਣੀਆਂ ਨੇ ਨਾ ਤੇ ਮੁੜ ਵੰਡੇ ਵਾਲੀਆਂ ਪਲੀਆਂ ਨਾ ਲਵਣ। ਅੱਛਾ, ਹਾਂ, ਵੰਡੇ ਵਾਲੀ ਪਲੀ ਝੋਟੀ ਨਾਲ ਗੱਭਣ ਝੋਟੀ ਦੇਵਾਂਗੇ, 5,000 ਟੋਕਨ ਲਾਂਗੇ, ਅਗਰ ਗੱਭਣ ਝੋਟੀ ਵੀ ਨਹੀਂ ਪਸੰਦ ਲੱਗਦੀ ਉਹਦਾ ਵੀ ਟੋਕਨ ਵਾਪਸ ਦੇਵਾਂਗੇ। ਕਿਆ ਬਾਤ ਹੈ ਜੀ, ਲੋਕੀ ਆਂਦੇ ਨੇ ਨਾ ਕਿ ਗੱਭਣ ਝੋਟੀ ਦਾ ਬਿਆਨਾ ਨਹੀਂ ਵਾਪਸ ਹੈ। ਹਾਂਜੀ, ਅਸੀਂ ਬਿਆਨਾ ਵਾਪਸ ਕਰਾਂਗੇ, ਬਿਲਕੁਲ ਸਹੀ ਹੈ ਜੀ, ਅਸੀਂ ਕਿਸੇ ਦਾ ਰੁਪਈਆ ਖਾਵਾਂਗੇ ਜਦ ਹਰਾਮ ਖਾਵਾਂਗੇ, ਬਿਆਨਾ ਵਾਪਸ ਹੈ, 8 ਦਿਨ ਦੀ ਗਰੰਟੀ, ਹਰ ਚੀਜ਼ ਦੀ ਗਰੰਟੀ, ਫੱਟਰ ਨਿਕਲੇ, ਬਿਮਾਰ ਹੋ ਜਾਵੇ, ਮਰ ਜਾਵੇ, ਕੋਈ ਹੋ ਜਾਵੇ, 8 ਦਿਨ ਤੱਕ ਮਾਲ ਸਾਡਾ ਹੋਵੇਗਾ, 8 ਦਿਨ ਤੱਕ ਨਾ, 8 ਦਿਨ ਤੱਕ ਸਾਡਾ ਹੋਵੇਗਾ। ਸਜਣੋ ਤੇ ਬੇਲੀਓ ਤੇ ਭਰਾਵੋ, ਅੱਜ ਦਿਨ ਐਤਵਾਰ ਦਾ, ਤਰੀਕ ਜੇ 12 ਸਤੰਬਰ 2021 ਬਰੋਜ਼ ਐਤਵਾਰ, ਤੇ ਅੱਜ ਮੈਂ ਪਹੁੰਚਿਆ ਵਾਂ ਰਾਏ ਆਕਬ ਜਵੇਦ ਦੇ ਡੇਰੇ ਤੇ ਇਹ ਨਾ ਸ਼ੱਕ ਸਮਝਾ ਜੇ ਆਹ ਚੈੱਕ ਕਰ ਸਕਦੇ ਮੈਂ ਜਗ੍ਹਾ ਉਸੇ ਤੇ ਖੜਾ ਜੇ, ਤੁਹਾਨੂੰ ਸ਼ੱਕ ਨਾ ਪਵੇ ਕਿ ਤੁਸੀਂ ਆਖੋ ਕਿ ਜਗ੍ਹਾ ਬਦਲ ਲਈਏ। ਅੰਦਰ ਬਾਰਿਸ਼ ਦੀ ਵਜ੍ਹਾ ਤੋਂ ਚਿੱਕੜ ਜ਼ਿਆਦਾ ਹੋ ਚੁੱਕਿਆ ਸੀ, ਜਿਹਦੀ ਵਜ੍ਹਾ ਤੋਂ ਬਾਰਿਸ਼ 4-5 ਦਿਨ ਤੋਂ ਹੋ ਰਹੀ ਹੈ, ਤੇ ਇਹਨਾਂ ਬਾਹਰ ਮੇਨ ਤੇ ਆ ਗਏ ਨੇ ਤੇ ਮਾਦਰ ਜਾਣਾ, ਤੋ ਆਈਏ ਇਸ ਬਰਾ ਦੇ ਕੋਲ ਚੱਲਨੇ ਆ, ਸਾਰੀਆਂ ਗੱਲਾਂ ਪੁੱਛਦੇ ਆ। ਅੱਜ ਮਾਸ਼ਾਅੱਲਾ ਵੱਧ ਤੋਂ ਵੱਧ ਮਾਸ਼ਾਅੱਲਾ ਸੋਹਣੀਆਂ ਝੋਟੀਆਂ ਵੀ ਆਈਆਂ ਨੇ, ਵੱਛੇ ਵੀ ਖੜੇ ਨੇ, ਜਿਹੜਾ ਬਿਰਾ ਵੱਛਿਆਂ ਦਾ ਸ਼ੌਂਕ ਰੱਖਦਾ ਬੱਚੇ ਖਰੀਦਣ, ਜਿਹੜਾ ਇਸ ਤਰੀਕੇ ਦੀਆਂ ਸੋਹਣੀਆਂ ਝੋਟੀਆਂ ਖਰੀਦਣਾ ਚਾਹੁੰਦਾ ਤੇ ਝੋਟੀਆਂ ਖਰੀਦਣ, ਤੇ ਉਸ ਤੋਂ ਪਹਿਲਾਂ ਦੋਸਤਾਂ ਗੁਜ਼ਾਰਿਸ਼ ਕਰਨਾ ਜਿਹੜੇ ਦੋਸਤ ਜਾਂ ਮੇਰੇ ਬਿਰਾ ਨਵੇਂ ਆਏ ਨੇ ਤੋ ਇਸ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਔਰ ਨਾਲ ਨਾਲ ਬੈਲ ਆਈਕਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਵੀਡੀਓ ਬਣਾਈਏ ਤੁਹਾਡੇ ਤੱਕ ਨੋਟੀਫਿਕੇਸ਼ਨ ਦੇ ਜ਼ਰੀਏ ਪਹੁੰਚ ਸਕੇ, ਤੋ ਆਈਏ ਇਸ ਬਿਰਾ ਦੇ ਕੋਲ ਚੱਲਦੇ ਹਾਂ। ਅਸਲਾਮ ਵਾਲੇਕੁਮ ਵਰਹਮਤੁਲਾਹਿ ਵਬਰਕਾਤੁ। ਸਰ ਕੈਸੇ ਹੈਂ ਆਪ? ਅਲਹਮਦੁਲਿਲਾ ਜੀ, ਤਬੀਅਤਾਂ ਸਿਹਤਾਂ ਠੀਕ ਨੇ? ਜ਼ਰਾ ਕਾਫੀ ਦਿਨਾਂ ਤੋਂ ਬਾਅਦ ਤੁਸੀਂ ਆਏ ਜੇ ਵੀਡੀਓ ਦੇ ਵਿੱਚ, ਤੇ ਮੈਂ ਪੁੱਛਣਾ ਚਾਹਣਾ ਦੁਬਾਰਾ ਐਡਰੈਸ ਦੱਸੋ, ਨੰਬਰ ਦੱਸੋ। ਨਾਮ ਮੇਰਾ ਰਾਏ ਆਕਬ ਜਵੇਦ ਦੇ, ਜ਼ਿਲ੍ਹਾ ਸਾਡਾ ਨਨਕਾਣਾ ਸਾਹਿਬ ਦੇ, 16 ਕਿਲੋਮੀਟਰ ਪਿੱਛੇ ਜਸਲਾਣੀ ਮੋੜ ਹੈ, ਜਸਲਾਣੀ ਮੋੜ ਜਿੰਦੋ ਕੋ ਮਰਜ਼ੀ ਆਣ ਕੇ ਪੁੱਛ ਸਕਦੇ ਨੇ ਕਿ ਆਕਬ ਜਵੇਦ ਦੇ ਫਾਰਮ ਤੇ ਜਾਣਾ। ਅੱਛਾ ਅੱਛਾ, ਮਾਸ਼ਾਅੱਲਾ। ਫੈਸਲਾਬਾਦ ਲਾਉਂਦੇ ਨੇ, ਫਿਰੋਜ਼ ਵੱਟੋਂ ਆਏਗਾ, ਸ਼ੇਖਪੁਰੇ ਸ਼ਹਿਰ ਤੋਂ ਆਉਂਦੇ ਫਿਰੋਜ਼ ਵੱਟੋਂ ਆਏਗਾ ਜੀ ਜੀ, ਫਿਰੋਜ਼ ਵੱਟੋਂ ਤੋਂ 7 ਕਿਲੋਮੀਟਰ ਜਸਲਾਣੀ ਮੋੜ ਜੀ ਜੀ, ਜਸਲਾਣੀ ਮੋੜ ਵਾਰ ਵੱਟੋਂ ਆਏਗਾ, ਵਾਰ ਵੱਟੋਂ ਨਾਲ ਜਸਲਾਣੀ ਮੋੜ। ਅੱਛਾ ਜੰਮਾ ਸਰ, ਨਾ ਪਹਿਲੇ ਤਾਂ ਗੱਲ ਕਿ ਮੈਂ ਭਰਾਵਾਂ ਕੇ ਮਦਦ ਚਾਹੁੰਦਾ ਕਿ ਮੈਂ 2-3 ਵੀਡੀਓ ਜਿਹੜੀਆਂ ਨੇ ਨਾ ਆਪ ਵੀਡੀਓ ਦੇ ਅੱਗੇ ਨਹੀਂ ਆਇਆ ਜੀ, ਕਿਉਂਕਿ ਮੇਰੀ ਮਜਬੂਰੀ ਸੀ ਥੋੜੀ ਜੀ ਤੇ ਮੈਂ ਸਾਈਡ ਤੇ ਸੀ, ਠੀਕ ਹੋ ਗਿਆ ਜੀ ਜੀ। ਦੂਸਰੀ ਗੱਲ ਇਹ ਕਿ ਫਰਾਰ ਹੀ ਕਹਿੰਦੇ ਨੇ ਝੋਟੀਆਂ ਨਹੀਂ ਗੱਭਣਾ ਮਿਲਣਗੀਆਂ, ਸਾਰਾ ਕੁਝ ਮਿਲੇਗਾ, ਲੇਕਿਨ ਕੋਈ ਮਸਲਾ ਬਣ ਗਿਆ ਸੀ ਤੇ ਮੈਨੂੰ ਇਸ ਵਾਸਤੇ ਨਾ ਕੋਈ 15-20 ਡੰਗ ਜਿਹੜਾ ਨਾ ਮੈਂ ਸਾਈਡ ਤੇ ਰਿਹਾ। ਬੇਸ਼ੱਕ ਜੀ ਬੇਸ਼ੱਕ, ਅੱਲਾ ਕੀਤਾ ਤੇ ਉਹ ਭਰਾਵਾਂ ਦੀਆਂ ਦੁਆਵਾਂ ਨਾਲ ਅੱਲਾ ਦੇ ਹੁਕਮ ਦੇ ਨਾਲ ਮਸਲਾ ਹੱਲ ਹੋ ਗਿਆ ਜੀ ਜੀ, ਤੇ ਹੁਣ ਫਿਰ ਭਰਾਵਾਂ ਨੂੰ ਅੱਗੇ ਤਰ੍ਹਾਂ ਫਿਰ ਦੁਬਾਰਾ ਸ਼ੌਂਕ ਸਾਰੇ ਕਰਾਵਾਂਗੇ ਕਿ ਝੋਟੀਆਂ ਵੀ ਦੇਵਾਂਗੇ, ਸਾਰਾ ਕੁਝ ਜਿਵੇਂ ਦਾ ਮਾਲ ਮੰਗਣਗੇ ਉਵੇਂ ਦੇਵਾਂਗੇ।
ਕਈ ਬ੍ਰਾਂਡ ਦੇ ਨੇ ਨਾ ਕਿ ਮਾਲ ਨਹੀਂ ਮਿਲੇਗਾ ਤੋ ਉਸ ਬ੍ਰਾਂਡ ਨੂੰ ਮੈਂ ਆਣਾ ਕਿ ਮੈਂ ਮਾਲ ਦੇਵਾਂਗਾ ਮਾਸ਼ਾਅੱਲਾ ਜੀ ਬੜੀ ਖੁਸ਼ੀ ਦੀ ਗੱਲ ਹੈ ਮਾਲ ਦੇਵਾਂਗਾ ਤੇ ਤੈਨੂੰ ਵਿਖਾਵਾਂਗਾ ਵੀ ਕਿ ਦਿੰਦੇ ਪਏ ਤਾਂ ਦੇਵਾਂਗੇ ਵੀ ਜ਼ਰੂਰ ਸਾਨੂੰ ਬੰਦਿਆਂ ਬੜੀ ਬਜਾਉਣ ਦੀ ਕੋਸ਼ਿਸ਼ ਕੀਤੀ ਕਿ ਕੰਮ ਛੱਡਣ ਅੱਛਾ ਸਾਲ ਹੋ ਗਿਆ ਕੰਮ ਕਰਦੇ ਪਏ ਅੱਲਾ ਦੇ ਹੁਕਮ ਦੇ ਨਾਲ ਵਾਧੇ ਘਾਟੇ ਜ਼ਿੰਦਗੀ ਦੇ ਨਾਲ ਹੁੰਦੇ ਨੇ ਠੀਕ ਹੈ ਬੇਸ਼ੱਕ ਜੀ ਬੇਸ਼ ਚੰਗੇ ਦਿਨ ਪੈੜੇ ਦੇ ਨੇ ਤਾਂ ਅੱਲਾ ਪਾਕ ਦੇ ਦਿਨ ਨੇ ਨਾਲ ਤੇਰੇ ਵਾਸਤੇ ਤਾਂ ਨਾ ਮੇਰੇ ਵਾਸਤੇ ਬਿਲਕੁਲ ਬਿਲਕੁਲ ਜੀ ਬਿਲਕੁਲ ਅੱਲਾ ਪਾਕ ਦੇ ਵਾਸਤੇ ਲੇਕਿਨ ਇਹ ਮੇਰਾ ਭਰਾਵਾਂ ਨਾਲ ਵਾਅਦਾ ਕਿ ਜਿੰਨਾ ਚਿਰ ਕੰਮ ਕੀਤਾ ਹੱਕ ਲਾਲ ਦਾ ਕਰਾਂਗੇ ਜਿੰਨਾ ਕੰਮ ਛੱਡ ਦਿੱਤਾ ਫੋਨ ਵਾਜਿਆ ਵੀਡੀਓ ਦੇ ਵਿੱਚ ਆਖਾਂਗੇ ਅਸੀਂ ਕੰਮ ਛੱਡ ਦਿੱਤਾ ਬਿਲਕੁਲ ਜੀ ਠੀਕ ਹੋ ਗਿਆ ਤੇ ਲੇਕਿਨ ਕੋਈ ਬ੍ਰਾਂਡ ਨੇ ਕਿ ਝੋਟੀਆਂ ਨਹੀਂ ਦੇ ਸਕਦੇ ਕੋਈ ਇਹ ਕੁਝ ਗੱਲ ਕਰਦਾ ਕਿਉਂ ਅਸੀਂ ਲੁੱਲੇ ਆ ਜਾਂ ਸਾਨੂੰ ਨਜ਼ਰ ਨਹੀਂ ਆਉਂਦਾ ਨਹੀਂ ਮਾਸ਼ਾਅੱਲਾ ਕੀ ਹੈ ਤੁਸੀਂ ਦੇ ਤੁਸੀਂ ਦੇ ਸਕਦੇ ਅਸੀਂ ਕਿਉਂ ਨਹੀਂ ਦੇ ਸਕਦੇ ਫੀਡ ਦੀਆਂ ਝੋਟੀਆਂ ਸਾ ਨਹੀਂ ਦੇਣੀਆਂ ਗਾਹਕ ਨਾਰਾਜ਼ ਹੁੰਦਾ ਹੋ ਜਾਵੇ ਅਸਾਂ ਫੀਡ ਦੀ ਝੋਟੀ ਨਹੀਂ ਦੇਣੀ ਕਿਸੇ ਨੂੰ ਠੀਕ ਹੈ ਜਿੱਥੋਂ ਫੀਡ ਦੀ ਲੱਭਦੀ ਨੇ ਉੱਥੋਂ ਬੰਦੇ ਲੈਂਦੇ ਨੇ ਉਹ ਪਾਣ ਜਾਂਦੇ ਨੇ ਜਿਹੜਾ ਅਸੀਂ ਝੋਟੀਆਂ ਦਿੰਦੇ ਹੋਰ ਕੋਈ ਦੇ ਨਹੀਂ ਸਕਦਾ ਫੀਡ ਦੀਆਂ ਝੋਟੀਆਂ ਅਸੀਂ ਵੀ ਦੇ ਸਕਣੇ ਫੀਡ ਦੀ ਵੱਧ ਦਵਾਵਾਂ ਨਹੀਂ ਲੈਣੀਆਂ ਫੀਡ ਦੀ ਝੋਟੀ ਦਾ ਬਾਜ ਹੀ ਮਤਲਬ ਇਹ ਕਿ ਜਿਹੜੀ ਨੈਸ਼ਨਲ ਨਾ ਕਿ ਫੀਡ ਦੀ ਪਲੀ ਹੁੰਦੀ ਹੈ ਨਾ ਝੋਟੀ ਵੰਡੇ ਦੀ ਪਲੀ ਹੁੰਦੀ ਹੈ ਠੀਕ ਹੋ ਗਿਆ ਉਹ ਜਿਹੜੀ ਹੈ ਜਦੋਂ ਤਿਆਰ ਝੋਟੀ ਹੁੰਦੀ ਨਾ ਦੁੱਧ ਨਹੀਂ ਦੇਵੇਗੀ ਅੱਛਾ ਸਾਡੇ ਬਜ਼ੁਰਗ ਵੀ ਵੀਡੀਓ ਵੇਖਦੇ ਨੇ ਸਾਡੇ ਭਰਾ ਵੀ ਵੀਡੀਓ ਵੇਖਦੇ ਨੇ ਇਸ ਗੱਲ ਤੋਂ ਉਹਨਾਂ ਨੂੰ ਪਤਾ ਕਿ ਜਿਹੜੀ ਝੋਟੀ ਵੰਡੇ ਦੀ ਤਿਆਰ ਹੋਈ ਹੈ ਨਾ ਜਾਂ ਫੀਡ ਦੀ ਤਿਆਰ ਹੋਈ ਹੈ ਜਦੋਂ ਤਿਆਰ ਹੋਵੇਗੀ ਸੁਵੇਗੀ ਨਾ ਅਸੀਂ ਅੱਜ 2 ਲੱਖ ਰੁਪਇਆ ਵੱਟ ਲੈਣਾ ਝੋਟੀ ਦਾ 2,80,000 ਵੀ ਵੱਟਦੇ ਪਏ 2,70,000 ਵੀ ਵੱਟ ਦਿੰਦੇ ਆ ਜੀ ਜੀ ਜਿੰਨੇ 3 ਲੱਖ ਰੁਪਏ ਸਮੇਂ ਝੋਟੀਆਂ ਨੂੰ ਪੈਂਦੀ ਹੈ ਸਾਰੇ ਖਰਚੇ ਕਰੇ ਤੇ ਘਰ ਜਾ ਕੇ ਅੱਛਾ ਉਹ 3 ਲੱਖ ਰੁਪਇਆ ਸਾਡੇ ਭਰਾ ਮਾੜੇ ਮਰ ਕੇ ਜਾਣਾ ਕੱਲ ਨੂੰ ਉਹਨੇ ਕੋਤੀ ਨਹੀਂ ਦੇਣਾ ਫਾਇਦਾ ਕੀ ਕਰੇਗਾ 3 ਲੱਖ ਦੀ ਲੈ ਕੇ ਕਿੱਥੇ ਵੇਚੇਗਾ ਨਾ ਫਿਰ ਮੈਂ ਸਾਰੀ ਗੱਲ ਦੱਸਣਾ ਅੱਜ 2,70,000 ਦੀ ਝੋਟੀ ਲੈ ਲੈਂਦਾ 3-4 ਮਹੀਨੇ ਦੀ ਗੱਭੜ ਹਾਂਜੀ 2 ਲੱਖ ਦੀ ਲੈ ਲੈਂਦਾ ਹਾਂਜੀ 3-4 ਮਹੀਨੇ ਦੀ ਗੱਭੜ ਲਵੇਗਾ 6 ਮਹੀਨੇ ਨੂੰ ਸਾਂਭੇਗਾ ਕਿੰਨਾ ਖਰਚਾ ਹੋਵੇਗਾ ਦੋਨਾ ਖਰਚਾ ਹੋ ਜਾਣਾ 40,000-50,000 ਖਰਚਾ ਉਹਨਾਂ ਦਾ ਪਵੇਗਾ ਪੈ ਜਾਣਾ ਭਾਈ 2-30 ਦੀ ਜਾਂ 2-20 ਦੀ ਲੈਂਦਾ ਝੋਟੀ ਜਦੋਂ 2-70 ਦੀ ਪੈ ਗਈ ਜੀ ਜੀ ਤਿਆਰ ਕਰਕੇ ਤਾਂ ਕਿੰਨੇ ਦੀ ਵੇਚੇਗਾ ਝੋਟੀ ਹਾਂ ਉਹ ਤਾਂ ਫਿਰ ਉਹਨੇ ਫਿਰ ਕੀ ਕਮਾਇਆ ਕੋਈ ਸ਼ੈ ਨਹੀਂ ਬਚਦੀ ਉਹਨੂੰ ਨਹੀਂ ਬਚਦੀ ਠੀਕ ਹੋ ਗਿਆ ਵੰਡੇ ਦੀ ਪਲੀ ਹੋਈ ਵਜ਼ਨ ਬੜਾ ਜ਼ਿਆਦਾ ਹੁੰਦਾ ਠੀਕ ਹੋ ਗਿਆ ਜਿਹੜੀ ਮਕਸਦ ਵਾੜੇ ਦੀ ਪਲੀ ਹੈ ਨਾ ਜਾਂ ਘਰ ਦੀ ਪਲੀ ਹੋਈ ਹੈ ਇਹ ਬੰਦਿਆਂ ਨੇ ਸਿਰਫ ਨਾ ਐਵੇਂ ਬੰਦਿਆਂ ਦਾ ਪਾਗਲ ਬਣਾਇਆ ਹੋਇਆ ਗੱਭਣਾ ਝੋਟੀਆਂ ਹੀ ਦੇਵਾਂਗੇ ਉਹਦੇ ਸਿਰਫ ਬੇਵਕੂਫੀ ਹੈ ਜਿਹੜੇ ਸਾਡੇ ਭਰਾ ਜਿਹੜੇ ਨਾ ਗੱਭਣ ਝੋਟੀ ਜਾ ਕੇ ਵੰਡੇ ਦੀ ਪਲੀ ਲੈ ਲੈਂਦੇ 2-2, 2.5-2.5 ਲੱਖ ਦੀ 3-3 ਲੱਖ ਦੀ ਲੈਂਦੇ ਪੈਣ ਅੱਛਾ ਮੈਂ ਆਪ ਦਿੰਦਾ ਪਿਆ ਮੈਂ ਤਾਂ ਉਹਨਾਂ ਨੂੰ ਦੱਸਦਾ ਪਿਆ ਮੇਰੇ ਕੋਲ ਵੀ ਨਾ ਲਵੋ ਮੇਰੇ ਕੋਲ ਵੀ ਨਾ ਲਵੋ ਅੱਛਾ ਹਾਂਜੀ ਇਹ ਬਿਹਤਰ ਕਿਸੇ ਅੱਗੇ ਵੀ ਮਸ਼ਰਾ ਵਗਰ ਸਿਆਣੇ ਬੰਦੇ ਕੇ ਕਰਨ ਨਾ ਇੱਕ ਹੋਰ ਬੰਦਾ ਸਿਆਣੇ ਬੰਦੇ ਕੇ ਕਰਨ ਉਹਨਾਂ ਕੋ ਪੁੱਛਣ ਯਾਰ ਅਸੀਂ 2-70 ਦੀ ਝੋਟੀ ਲੈਨੇ ਆ ਸਾਰਾ ਕੈਲਕੂਲੇਟਰ ਮਾਰਨ ਦਾ ਜ਼ਿਹਨ ਜਿਹੜਾ ਅੱਲਾ ਪਾਕ ਨੇ ਕਿਸ ਹਾਸਤੇ ਦਿੱਤਾ ਸੋਚਣ ਵਾਸਤੇ ਦਿੱਤਾ ਨਾ ਜਰਾ ਨੂੰ ਥੋੜਾ ਜਿਹਾ ਗਮਾਵਣ ਕਬਲਾ ਕਿ 2,70,000 ਦੀ ਝੋਟੀ ਲੈ ਕੇ 5 ਮਹੀਨੇ ਸਾਂਭ ਕੇ ਜਾਂ 2-30 ਦੀ ਲੈ ਕੇ 5 ਮਹੀਨੇ ਸਾਂਭ ਕੇ ਕਿੰਨੇ ਦੀ ਵੇਚਣਗੇ ਆ ਉਹਨਾਂ ਕੀ ਖਟਿਆ ਫਿਰ ਕੋਈ ਸ਼ਾਨ ਉਹਦੇ ਨਾਲ ਝੋਟੀਆਂ ਫੰਡਰ ਪਾਵਣ ਬਿਲਕੁਲ ਜੇਕਰ ਗੱਭਣੇ ਹੀ ਲੈਣੀਆਂ ਨੇ ਨਾ ਤੇ ਮੜ ਵੰਡੇ ਵਾਲੀਆਂ ਪਲੀਆਂ ਨਾ ਲਵਣ ਅੱਛਾ ਹਾਂ ਵੰਡੇ ਵਾਲੀ ਪਲੀ ਝੋਟੀ ਨਾ ਲਵਣ ਉਹਦੀ ਕੀ ਨਿਸ਼ਾਨੀ ਹੋਏਗੀ ਵੰਡੇ ਵਾਲੀ ਪਲੀ ਦੀ ਝੋਟੀ ਦੀ ਨਿਸ਼ਾਨੀ ਜਨਾਬ ਹਰ ਬੰਦੇ ਨੂੰ ਪਤਾ ਚੰਗੀ ਮੋਟੀ ਤਾਜ਼ੀ ਹੋਵੇ ਚੰਗੀ ਪਲੀ ਹੋਵੇ ਦੀ ਝੋਟੀ ਅੱਛਾ ਅੱਛਾ ਇਹ ਵੇਖ ਕੇ ਨਾ ਇਹ ਝੋਟੀਆਂ ਨੇ ਨਾ ਐਲਿਸੀਆਂ ਹਾਂਜੀ ਹਾਂਜੀ ਗੋਸ਼ਤ ਘਾਟ ਹੋਏਗਾ ਯਾਨੀ ਕਿ ਘਾਟ ਹੋਏਗਾ ਜਿਹੜੀ ਬੰਦੇ ਦੀ ਪਲੀ ਹੁੰਦੀ ਨਾ ਝੋਟੀ ਚੰਗੀ ਪਲੀ ਹੁੰਦੀ ਹੈ ਚੰਗੀ ਮੋਟੀ ਹੁੰਦੀ ਹੈ ਅੱਛਾ ਅੱਛਾ ਬਲਾਂ ਮਾਸ਼ਾਅੱਲਾ ਬਣੀ ਬਲਾਂ ਬਣੀ ਹੁੰਦੀ ਕਿਉਂਕਿ ਵੰਡੇ ਦੀ ਪਲੀ ਹੁੰਦੀ ਹੈ ਉਹ ਗੋਸ਼ਤ ਉੱਤੇ ਚੜ ਜਾਂਦਾ ਨਾ ਆਉਂ ਡਿਆ ਹੁੰਦਾ ਆ ਦੂਰੇ ਨਜ਼ਰ ਆ ਜਾਂਦਾ ਆ ਫੰਡਰਾ ਝੋਟੀਆਂ ਨੇ ਠੀਕ ਹੋ ਗਿਆ ਹਾਂਜੀ ਨਹੀਂ ਕਿ ਦੱਸਣਾ ਕਿ ਗੱਭਣਾ ਨਾ ਫੰਡਰਾ ਨੇ ਤੇ ਫੰਡਰਾ ਹੀ ਦੱਸਣਾ ਆ ਚੈੱਕ ਕਰੋ ਜੀ ਸਨੈਪ ਚੈੱਕ ਕਰੋ ਮੂੰਹ ਕੀ ਹੈ ਜੀ ਲਓ ਜੀ ਮੂੰਹ ਦੋਂਦੀ ਤਸਲੀਆਂ ਕਰੋ ਜੀ ਆ ਵੇਖੋ ਚੈੱਕ ਕਰੋ ਮਾਸ਼ਾਅੱਲਾ ਚੈੱਕ ਕਰੋ ਜੀ ਮਾਸ਼ਾਅੱਲਾ
ਤਸੱਲੀਆਂ ਕਰੋ ਜੀ, ਕੋਈ ਥੁੰਨੀ ਨਹੀਂ ਹੋਵੇਗੀ, ਕੋਈ ਡੋਲੀ ਨਹੀਂ ਹੋਵੇਗੀ। ਹਾਂਜੀ, ਇਹ ਨਹੀਂ ਵੀ ਅਗਲਾ ਸੀਨਾ ਪੁੜੀ ਜਾਵਾ, ਕੋਈ 5 ਫੁੱਟ ਦਾ ਸੀਨਾ ਹੋਵੇਗਾ। ਨਹੀਂ ਜੀ ਨਹੀਂ, ਬਿਲਕੁਲ ਬਿਲਕੁਲ ਜੀ, ਇਹ ਗੱਲ ਕੋਣੀ ਇੱਥੇ, ਇਹ ਵੇਖੋ ਜੀ ਮਾਸ਼ਾਅੱਲਾ, ਇਹ ਮਾਸ਼ਾਅੱਲਾ ਤਸੱਲੀਆਂ ਕਰੋ ਜੀ, ਛੁੱਟੀ ਦਾ ਚੈੱਕ ਕਰਾਓ ਮਾਸ਼ਾਅੱਲਾ, ਇਹ ਚੈੱਕ ਕਰੋ ਜੀ, ਤਸੱਲੀ ਕਰੋ ਮਾਸ਼ਾਅੱਲਾ। ਜਿੰਨੇ ਸਾਡੇ ਬ੍ਰਾਂਡ ਲੱਖ ਦੀ 1 ਲੱਖ 10 ਦੀ ਲੈਣੀ ਹੈ ਨਾ, ਹਾਂਜੀ, ਹੁਣ 2 ਮਹੀਨੇ ਘਰ ਰੱਖੇਗਾ, ਉਹਦੇ ਨਾਲ ਹੀ ਕੋਈ ਸੰਡਾ ਕੇ ਪਾਵੇ, ਜਿਹਨੇ ਪ੍ਰਾਫਿਟ ਵੀ ਕਮਾਣੀ ਹੈ, ਪ੍ਰਾਫਿਟ ਤੇ ਉਹ ਨਹੀਂ ਕਮਾਉਣੀ ਹੈ। ਹਾਂਜੀ, ਬਾਕੀ ਦੀ 10 ਦੀ ਲੈਂਦਾ ਛੁੱਟੀ, ਹਾਂਜੀ, ਤੇ ਜਦੋਂ ਤਿਆਰ ਹੋਣਾ ਜਿਹੜੀਆਂ 2 ਮਹੀਨਿਆਂ ਦੀ ਜਿਸਲ ਹੋ ਜਾਣੀ, ਉਸ ਵੇਲੇ 2 ਲੱਖ ਦੀ ਹੋ ਜਾਣੀ, 2 ਲੱਖ ਦੀ ਹੋ ਜਾਣੀ ਹੈ, ਤੇ ਲੱਖ ਰੁਪਏ ਦੇ ਨਾਲ। ਅੱਜ ਤਾਂ ਗੁਰ ਦੀਆਂ ਗੱਲਾਂ ਦੱਸ ਰਹੇ ਜੀ, ਇਹ ਗੱਲਾਂ ਦੱਸਣੀਆਂ ਪੈਂਦੀਆਂ ਨੇ ਸਾਡੇ ਬ੍ਰਾਹਮਣ ਨੂੰ, ਬੜਾ ਗੁੱਸਾ ਮੈਨੂੰ ਨਾ ਆਵੇ, ਅਸੀਂ ਹਰ ਵੀਡੀਓ ਤੇ ਦੱਸੀ ਦੀ। ਮਾਸ਼ਾਅੱਲਾ ਜੀ, ਅੱਜ ਤਾਂ ਬਈ ਰਾਜ ਸਾਹਿਬ ਹੀ ਆਏ ਨੇ, ਪੁਆਇੰਟ ਟੂ ਪੁਆਇੰਟ ਗੱਲਾਂ, ਮਾਸ਼ਾਅੱਲਾ, 10 ਦੀ ਲੈਣੀ ਹੈ, ਹਾਂਜੀ, 10 ਜੁੱਟੀਆਂ ਲੈਣੀਆਂ ਨੇ, ਨਾਲ ਲੱਖ ਦਾ 1 10 ਦਾ ਲੱਖ ਦਾ ਨਾਲ ਕੱਟਾ ਪਾ ਛੱਡੋ, ਇੱਕ ਸਿਰ ਮਹੀਨਾ ਡੇਢ ਮਹੀਨਾ ਲੈ, ਡੇਢ 2 ਮਹੀਨਾ ਬਾਅਦ ਸਾਰੀਆਂ ਜੁੱਟੀਆਂ ਚੈੱਕ ਕਰਾ ਲਓ, ਅੱਲਾ ਦੇ ਹੁਕਮ ਨਾਲ ਗੱਬਣਾ ਨਹੀਂ ਕਰਾਂਗੇ। ਮਾਸ਼ਾਅੱਲਾ ਜੀ, ਮਾਸ਼ਾਅੱਲਾ, ਅੱਲਾ ਉਹਨਾਂ ਨਸੀਬ ਕਰੇ ਨਾਲੇ, ਹਾਂਜੀ ਮਾਸ਼ਾਅੱਲਾ, ਚੈੱਕ ਕਰੋ ਜੀ, ਆ ਕੰਗਾ ਵਾਇਆ ਜੀ, ਨਹੀਂ ਨਹੀਂ ਅਸੀਂ ਤਾਂ ਕੋਈ ਸ਼ਾਇ ਨਹੀਂ ਵਾਇਆ, ਅੱਲਾ ਮਾਫ਼ ਕਰੇ, ਮਾਸ਼ਾਅੱਲਾ ਜੀ, ਆ ਵੇਖੋ ਜੀ, ਨਹੀਂ ਨਹੀਂ ਹਾਂਜੀ, ਮਾਸ਼ਾਅੱਲਾ ਵਾਹ, ਕੁਦਰਤ ਲੋ ਜੀ ਸੋਹਣੇ, ਮਾਸ਼ਾਅੱਲਾ ਬਣੇ ਜੀ, ਆ ਚੈੱਕ ਕਰੋ ਜੀ ਥਲੀਆਂ ਨਾਲ ਸੀਲ ਜੁੜੀਆਂ ਨੇ, ਮਾਸ਼ਾਅੱਲਾ, ਰਾਏ ਅੱਕ ਜਵੇ ਦੇ ਕੋਲ, ਮਾਸ਼ਾ ਸ਼ਿਕਵਾ ਸ਼ਿਕਾਇਤ ਜਿਹੜੀ ਹੁੰਦੀ ਨਾ, ਮੂੰਹ ਤੇ ਗੱਲਾਂ ਕੀਤਿਆ ਕਰੋ, ਤੇ ਸਾਰਾ ਤਾਂ ਨਹੀਂ ਕਰਨੀਆਂ ਚਾਹੀਦੇ, ਉਹ ਗੀਬਤ ਹੋ ਜਾਂਦੀ ਜੇ, ਚੁਗਲਖੋਰੀ ਹੋ ਜਾਂਦੀ ਜੇ, ਤੇ ਗੱਲਾਂ ਮੂੰਹ ਤੇ ਹੁੰਦੀਆਂ ਨੇ, ਸੋਹਣੀਆਂ ਹੁੰਦੀਆਂ ਨੇ। ਹਾਂਜੀ ਰਾਏ ਸਾਹਿਬ, ਇਹਨਾਂ ਰੇਟ ਕੀ ਦੇ ਰਹੇ ਜੀ? ਰੇਟ ਸਾਡੇ 310 ਰੁਪਏ। ਲੈ ਲੋਕੀ ਸਾਰੇ ਕਢਾਈ ਜਾਂਦੇ, ਤੁਸੀਂ 10 ਰੁਪਏ ਚੁੱਕ ਦਿੱਤੇ ਨੇ, ਸਾਡਾ 310 ਰੁਪਏ ਰੇਟ। ਨਹੀਂ ਬਾਕੀ ਮੈਂ ਵੀਡੀਓ ਮੈਂ ਕਾਫੀ ਵੇਖੀਆਂ ਨੇ, ਤੇ ਕਹਿ ਰਹੇ 300 ਰੁਪਏ ਹੋ ਗਿਆ ਜੀ ਵੱਡੀਆਂ ਜੁੜੀਆਂ ਦਾ। ਸ਼ਹਿਜ਼ਾਦ ਬਾਈ ਨੇ ਐਲਾਨ ਕੀਤਾ, ਚੱਲ ਜੀ ਫੰਡਰ ਜੁੜੀਆਂ ਜੀ, ਜਿਹੜੇ ਇਸ ਤਰੀਕੇ ਤਿਆਰ 300 ਰੁਪਈਏ ਜੀ, 310 ਸਨ, ਤੇ ਤੁਸੀਂ ਵੀ ਕਰੋ ਚੱਲ ਬਹਿਸ ਕਰ ਲਈਏ ਆਪਾਂ ਦੋਵੇਂ ਭਰਾ, ਨਹੀਂ ਮੈਂ ਸ਼ਾਇਦ 290 ਰੁਪਏ ਹੋ ਗਿਆ ਸੀ, 290 ਰੁਪਏ ਦੇ ਦਿੰਦੇ ਆ, ਚੀਜ਼ ਸਾਡੀ ਮਰਜ਼ੀ ਦੇ, 290 ਰੁਪਏ ਰੇਟ ਸੀ, ਤੁਹਾਡੀ ਮਰਜ਼ੀ ਦੀ, ਅਗਰ ਅਗਲੇ ਦੀ ਮਰਜ਼ੀ ਲੈਣੀ ਹੈ ਨਾ, ਹਾਂਜੀ ਹਾਂਜੀ, ਉਹਨੇ ਫਿਰ ਆਪਣੀ ਮਰਜ਼ੀ ਦੀ ਲੈਣੀ, ਫਿਰ 310 ਹੀ ਦੇਣਾ ਪੈਣਾ, ਫਿਰ 310 ਹੀ ਆਉਂਦੇ। ਠੀਕ ਹੈ ਜੀ ਬਾਈ ਜਾਨ, ਅਸੀਂ ਮਾਨ ਸਾਡੇ ਕੋਲ ਬੱਚੇ ਖਲੋਤੇ ਨੇ, ਭਰਾਵਾਂ ਵੇਖੇ ਹੋਣਗੇ ਪਹਿਲੇ ਵੀ 1-2 ਵੀਡੀਓ ਦੇ ਵਿੱਚ, ਹਾਂਜੀ ਹਾਂਜੀ, 10-15 ਜਾਨ ਮਾਰ ਜਿਹੜੇ ਨੇ ਨਾ, 2-4 ਬੱਚੇ, 2-4 ਕੱਟੀਆਂ, 2-4 ਕੱਟੇ, ਹਾਂਜੀ ਹਾਂਜੀ, 2-4 ਛੁੱਟੀਆਂ, ਇਹਦੀਆਂ ਲੈਣ ਕੇ ਸਪੇਅਰ ਵੇਖੀ ਦੇ, ਕੋਈ ਭਰਾ ਸਾਡਾ ਕਹਿੰਦਾ 1-2 ਲੈਣ ਵਾਲਾ, ਠੀਕ ਹੈ, ਉਹ ਆਵੇ ਤੇ ਆਣ ਕੇ ਪਸੰਦ ਕਰੇ ਤੇ ਲੈ ਜਾਵੇ। ਇਹ ਬੱਚਾ ਕੀ ਰੇਟ ਦੇ ਰਿਹਾ? ਪਿਓਰ ਸਾਹੀਵਾਲ ਦਾ ਕ੍ਰਾਸ ਦਾ 350 ਰੁਪਏ, ਜਿਹੜਾ ਕ੍ਰਾਸ ਹੋ 320 ਰੁਪਏ, ਜਿਹੜਾ ਕ੍ਰਾਸ ਹੋਏਗਾ ਆ ਜਿਹੜਾ ਕ੍ਰਾਸ ਹੈ, ਹਾਂਜੀ, ਤੇ ਇਹ 320 ਰੁਪਏ, 350 ਰੁਪਏ ਦਾ ਜੀ। ਲਓ ਜੀ ਇਹ ਜਾਨਵਰ, ਇਹਨਾਂ ਦਾ ਇਹ ਰੇਟ ਜੀ, ਪਿਛਲੀ ਵੀਡੀਓ ਤੁਸੀਂ ਵੇਖੀਏ, 12-14 ਬੱਚੇ ਸੀ, ਬਕਾਇਆ ਵੇਖ ਗਏ, 2 ਖਲੋਤੇ ਨੇ, ਬਿਲਕੁਲ ਜੀ, ਜੋਟੀਆਂ ਤੋਂ ਲਿਆਂਦੇ ਜੇ, ਉਸ ਤਰੀਕੇ ਦੇ ਕੱਟੇ ਹੋਣ ਜਾਂ ਫਿਰ ਆਪਾਂ ਸਿਰਫ ਪਾਲਣ ਵਾਸਤੇ, ਇਹਨਾਂ ਨਾਲ ਉਹਨਾਂ ਦਾ ਫਰਕ ਹੁੰਦਾ ਜੀ, ਨਸਲੀ ਕੱਟੇ ਦਾ ਤੇ ਇਸ ਤਰੀਕੇ ਪਾਲਣ ਕੱਟੇ ਦਾ, ਜਿਵੇਂ ਦੀ ਸਾਡੇ ਕੋਲ ਅਗਲਾ ਬੰਦਾ ਡਿਮਾਂਡ ਕਰੇਗਾ ਨਾ, ਜਿਵੇਂ ਦੀ ਡਿਮਾਂਡ ਕਰੇਗਾ ਜੀ, ਜੀ ਅਸੀਂ ਮਾਲ ਉਹਵੇਂ ਦੀ ਦੇਣਾ। ਅੱਛਾ, ਸਾਡੀ ਤੇ ਖੁੱਲੀ ਜੀ ਗੱਲ ਹੈ, 8 ਦਿਨ ਦੀ ਗਾਰੰਟੀ ਹੈ, ਜਾਨਵਰ ਵਜ਼ਨ ਘਟਾ ਜਾਵੇ, ਕੋਈ ਨੁਕਸ ਐਪ ਨਿਕਲ ਆਵੇ, ਠੀਕ ਹੋ ਗਿਆ, ਜਾਨਵਰ ਵੀ ਦਾ ਬਿਆਨਾ ਸਾਨੂੰ ਭਰਾ ਸਾਡਾ ਕਰਾਉਂਦਾ, ਉਹਦੇ ਪਸੰਦ ਨਹੀਂ ਆਣ ਕੇ ਜਾਨਵਰ ਲੱਗਦੇ, ਬਹਿਸ ਨਹੀਂ ਹੈਗੀ, ਉਹ ਕਿ ਬਈ ਮੇਰੇ ਜਾਨਵਰ ਨਹੀਂ ਪਸੰਦ, ਉਹ ਤਾਂ 20,000 ਰੁਪਇਆ ਵਾਪਸ, ਜਿਹੜਾ ਐਡਵਾਂਸ ਹੋਏਗਾ ਜਾਨਵਰ ਪਸੰਦ, ਅਗਰ ਪਸੰਦ ਆ ਜਾਂਦਾ ਤੋੜ ਕੇ ਉਹ ਕਹਿੰਦਾ ਵੱਖ ਵੱਖ ਤੋੜ ਨਹੀਂ ਹੋਵੇਗਾ, ਗਲਤ ਗੱਲ ਨਹੀਂ ਕਰਨੀ, ਜਦੋਂ ਉਹਨੇ ਪਸੰਦ ਕਰ ਲੈਣਾ ਨੇ, ਗੱਡੀ 'ਚ ਪੈ ਜਾਣੇ ਨੇ, ਫਿਰ ਹੁੰਦੇ ਨੇ, ਹਾਂ ਲੋਕੀ ਵਜ਼ਨ ਨਹੀਂ ਦੱਸਦੇ, ਆ ਵੇਖੋ ਨਾ ਛੋਟੀ ਦਾ, ਮੇਰੇ ਕੋਲ ਵਜ਼ਨ ਪੁੱਛੋ ਮੈਂ ਦੱਸਣਾ ਕਿੰਨਾ, ਛੋਟੀ ਦਾ ਵਜ਼ਨ 300 ਕੇਜੀ, ਸਵਾ 300 ਕੇਜੀ, 350 ਕੇਜੀ ਹੈ, 300 ਕੇਜੀ ਵਾਲੀ ਛੋਟੀਆਂ ਜੀ, ਇਹ ਬ੍ਰਾਂਡ ਨੇ ਨਾ, ਸਾਨੂੰ ਵਜ਼ਨ ਦਾ ਨਹੀਂ ਪਤਾ, ਹਾਂਜੀ ਹਾਂਜੀ, ਵਜ਼ਨ ਦਾ ਕਾਰਨ ਦਾਦਾ ਲਾ ਕੇ ਆਓ, ਕਿਉਂ ਤੇਰਾ ਕਾਰੋਬਾਰ ਕਾਦਾ, ਤੂੰ ਉਹਨਾਂ ਨੂੰ ਦੱਸ, ਇੱਕ ਬੰਦੇ ਨੂੰ ਨਹੀਂ ਪਤਾ, ਇੱਕ ਮੈਂ ਹੈਗਾ, ਕੋਈ ਵੀ ਭਰਾ ਮੇਰੇ ਕੋਲ ਆਉਂਦਾ, ਉਹਨੂੰ ਚੀਜ਼ ਦਾ ਪਤਾ ਹੀ ਨਹੀਂ, ਇਲਮ ਹੀ ਨਹੀਂ ਹੈਗਾ, ਪਹਿਲੀ ਵਾਰੀ ਜ਼ਿੰਦਗੀ 'ਚ ਆਇਆ ਤੋਲ ਵਾਲੇ ਪਾਸੇ, ਉਹਨੂੰ ਪਤਾ ਹੀ ਨਹੀਂ ਹੈਗਾ, ਉਹ ਗਰੂ ਲੈ ਕੇ ਆਉਂਦਾ 50,000 ਰੁਪਇਆ, ਤੇਰੇ ਕੋਲ ਆ ਕੇ ਕੱਟਾ ਹੀ ਪਸੰਦ ਕਰ ਲੈਂਦਾ, ਹਾਂਜੀ ਹਾਂਜੀ, ਤੂੰ ਆਉਣਾ ਉਹਨਾਂ ਮੈਨੂੰ ਯਾਰਾ ਕੱਟਾ ਦੇ, ਇਹਦਾ ਵਜ਼ਨ ਕਿੰਨਾ ਕੁ ਹੋਵੇਗਾ, ਯਾਰ ਉਹਦੇ ਘਰ ਪੈਸੇ ਨਹੀਂ ਹੈਗੇ, ਉਹ ਚੀਜ਼ ਆਣ ਕੇ 70,000 ਦੀ ਤੂੰ ਉਹਨੂੰ ਫਸਾ ਦੇਣਾ, ਉਹ 20,000 ਰੁਪਇਆ ਕਿੱਥੋਂ ਲਵੇਗਾ,
ਤਰਲੇ ਕਰਨੇ ਪੈਣੇ ਨੇ, ਜਾ ਕੇ ਅੱਗੋਂ ਫੜਨੇ ਪੈਣੇ। ਬਿਲਕੁਲ ਸਹੀ ਗੱਲ ਹੈ। ਉਹਦੇ ਨਾਲ ਬਿਹਤਰ ਇੱਕ ਤੇਰੇ ਕੋਲ ਆਇਆ ਨੂੰ ਨਹੀਂ ਪਤਾ ਤੂੰ ਵਜ਼ਨ ਦੱਸ ਦੇ। ਅੱਛਾ ਆਪਣੇ ਕੋਲ ਇਸ ਟਾਈਮ ਕਿੰਨੇ ਵਜ਼ਨ ਵਾਲੇ ਕੱਟੇ ਨੇ? ਮੇਰੇ ਕੋਲ ਇਸ ਟਾਈਮ ਕੱਟਿਆਂ ਦਾ ਵਜ਼ਨ ਹੈ ਜੀ 140 ਕਿਲੋ 50 ਕਿਲੋ 150 ਕੇਜੀ ਦੀ ਕਰ। ਸਾਡੇ ਕੋਲ ਜਿੰਨੇ ਵਜ਼ਨ ਦਾ ਅਗਲਾ ਮੰਗੇਗਾ ਅਸੀਂ ਉਹਨੇ ਵਜ਼ਨ ਦਾ ਦੇਵਾਂਗੇ। ਸਾਡੇ ਕੋਲ ਕੋਈ ਇਹਦਾ ਆਣ ਕੇ ਚਸਕਾ ਹੀ ਲੈਂਦਾ ਹੈ ਨਾ, ਮਾਲ ਨਹੀਂ ਵੀ ਲੈਂਦਾ। ਹਾਂਜੀ। ਪੁੱਛਦਾ ਕਿ ਭਾਈ ਜੀ ਇਹ ਵਜ਼ਨ ਇਹਦਾ ਕਿੰਨਾ? ਹਾਂਜੀ। ਮੇਰੇ ਦੋਸਤ ਨੇ ਨਾਲ ਭਰਾ ਨੇ ਜਿਹੜੇ ਮੇਰੇ ਨਾਲ ਕੰਮ ਕਰਦੇ ਨੇ ਜੀ ਜੀ, ਮੈਂ ਉਹਨਾਂ ਨੂੰ ਵੀ ਇਹ ਗੱਲ ਕੀਤੀ ਕਿ ਝੂਠ ਨਹੀਂ ਬੋਲਣਾ, ਅਗਲੇ ਨੂੰ ਵਜ਼ਨ ਸਿੱਧਾ ਦੱਸਣਾ। ਸਹੀ ਗੱਲ ਹੈ। 5-10 ਕਿਲੋ ਦਾ ਫਰਕ ਨਿਕਲੇ, ਜ਼ਿਆਦਾ ਫਰਕ ਨਾ ਨਿਕਲੇ। ਜੀ ਜੀ ਬਿਲਕੁਲ ਸਹੀ। ਜੋ ਕਿ ਦੇਖੇ ਨਾ ਇੱਕ ਮਾੜੇ ਬੰਦੇ ਕੋਲ ਪੈਸੇ ਨਹੀਂ ਹੈਗੇ, ਕੀ ਕਰੇਗਾ ਉਹ? ਉਹਨਾਂ ਦੇ ਰੋਡੀ ਮੁਲਾਕਾਤ ਵੀ ਹੋਵੇਗੀ, ਨਾਲ ਮਾਲ ਲੋਡਿੰਗ ਹੋਵੇਗਾ, ਵੀਡੀਓ ਦੀ ਵੀ ਬਣੇਗੀ। ਮਾਸ਼ਾਅੱਲਾ ਜੀ, ਇਹ ਚੈੱਕ ਕਰੋ ਜੀ, ਇਹ ਵੇਖੋ ਨਾ ਕੱਟੇ। ਅੱਛਾ ਲਈ ਕਰੋ ਜੀ, ਸਾਡੇ ਬ੍ਰਾਂਡ ਨੇ ਕਹਿੰਦੇ ਅੱਛਾ ਲਈ ਕਰ ਸਕਦੇ, ਕਿਉਂ ਨਹੀਂ ਕਰ ਸਕਦੇ, ਕਿਉਂ ਨਹੀਂ ਕਰ ਸਕਦੇ, ਸਾਰਾ ਕੁਝ ਹੀ ਕਰਾਂਗੇ, ਸਾਰਾ ਕੁਝ ਪੈਸੇ ਨਾਲ ਹੋ ਜਾਂਦਾ ਜੀ, ਸਾਰਾ ਕੁਝ ਹੀ ਕਰਾਂਗੇ। ਹੁੰਦਾ ਜੀ, ਕਿਉਂ ਨਹੀਂ ਹੁੰਦਾ? ਅੱਛਾ ਰੇਟ ਤੁਸੀਂ ਦੱਸੋ ਜੀ ਸਾਨੂੰ। ਕੱਟਾ ਦੇ ਰਹੇ ਹਾਂ ਜੀ 280 ਰੁਪਏ ਕਿਲੋ। ਇੱਕ ਮਿੰਟ ਇੱਥੇ ਖੜੇ, ਇੱਕ ਸਾਈਡ ਤੇ ਖੜੇ ਹੋ ਕੇ ਰੇਟ ਸਾਰੇ ਦੱਸੋ ਤਾਂ ਕਿ ਭਰਾਵਾਂ ਨੂੰ ਸਾਰਿਆਂ ਨੂੰ ਪਤਾ ਲੱਗੇ। ਅੱਛਾ ਸਾਰੇ ਭਰਾਵਾਂ ਇੱਧਰ ਮੇਰੇ ਲਈ ਦੇਖੋ ਨਾਲੇ। ਅੱਛਾ ਰੇਟ ਦੱਸੋ ਹੁਣ ਦੁਬਾਰਾ। ਕੱਟੇ ਦਾ ਰੇਟ ਕੱਟਾ ਦੇ ਰਿਹਾ ਸਰ 280 ਰੁਪਏ। ਅੱਛਾ ਕੱਟੀ ਦੇ ਰਿਹਾ 310 ਰੁਪਏ। ਕੱਟੀ ਉਹ ਕਿੰਨੇ ਵਜ਼ਨ ਤੋਂ ਲੈ ਕਿੰਨੇ ਵਜ਼ਨ ਤੱਕ? ਕੱਟੀ ਜਿਹੜੀ ਹੈ ਨਾ ਆਪਣੇ ਲਈ 300 ਦੇ ਰਿਹਾ, 250 ਕੇਜੀ ਤੱਕ, 200 ਕੇਜੀ, 250। ਉਹ 300 ਨੂੰ ਦੇ ਰਿਹਾ ਜੀ, 300 ਦੇ ਰਿਹਾ। ਜਿਹੜੀ ਵੱਡੀ ਟੋਟੀ ਲਓਗੇ ਨਾ 350 ਕੇਜੀ, 400 ਕੇਜੀ ਦੀ, ਹਾਂਜੀ, ਉਹ ਦੇਵਾਂਗੇ 310 ਰੁਪਏ। ਅੱਛਾ ਅੱਛਾ। ਸਾਹੀਵਾਲ ਵੱਛਾ ਦੇਵਾਂਗੇ 350 ਰੁਪਏ। ਅੱਛਾ ਅੱਛਾ। ਕਰਾਸ ਵੱਛਾ ਦੇਵਾਂਗੇ 320 ਰੁਪਏ। ਗੱਬੜ ਜੋਟੀ, ਹਾਂ ਅੱਛਾ, ਇੱਕ ਗੱਲ ਹੋਰ ਵੀ ਹੈ, ਗੱਬੜ ਜੋਟੀ ਦਾ ਹਰ ਬੰਦੇ ਦਾ ਰੇਟ 400-450 ਰੁਪਇਆ ਰੇਟ ਹੈ, ਸਾਡਾ 380 ਰੁਪਏ। ਕੀ ਬਾਤ ਹੈ ਜੀ, ਅਸੀਂ 380 ਨਾਲ ਗੱਬੜ ਜੋਟੀ ਦੇਵਾਂਗੇ, 5000 ਟੋਕਨ ਲਾਂਗੇ। ਅਗਰ ਗੱਬੜ ਜੋਟੀ ਵੀ ਨਹੀਂ ਪਸੰਦ ਲੱਗਦੀ ਉਹਦਾ ਵੀ ਟੋਕਨ ਵਾਪਸ ਦੇਵਾਂਗੇ। ਕਿਆ ਬਾਤ ਹੈ ਜੀ, ਲੋਕੀ ਆਂਦੇ ਨੇ ਨਾ ਕਿ ਗੱਬੜ ਜੋਟੀ ਦਾ ਬਿਆਨਾ ਨਹੀਂ ਵਾਪਸ, ਹਾਂਜੀ ਅਸੀਂ ਬਿਆਨਾ ਵਾਪਸ ਕਰਾਂਗੇ। ਬਿਲਕੁਲ ਸਹੀ ਹੈ ਜੀ, ਅਸੀਂ ਕਿਸੇ ਦਾ ਰੁਪਈਆ ਖਾ ਵਜੇ ਜਦ ਹਰਾਮ ਖਾਵਾਂਗੇ, ਬਿਆਨਾ ਵਾਪਸ, 8 ਦਿਨ ਦੀ ਗਰੰਟੀ, ਹਰ ਚੀਜ਼ ਦੀ ਗਰੰਟੀ। ਬੱਟਰ ਨਿਕਲੇ, ਬਿਮਾਰ ਹੋ ਜਾਵੇ, ਮਰ ਜਾਵੇ, ਕੋਈ ਵੀ ਹੋ ਜਾਵੇ, 8 ਦਿਨ ਤੱਕ ਮਾਲ ਸਾਡਾ ਹੋਵੇਗਾ। 8 ਦਿਨ ਤੱਕ? 8 ਦਿਨ ਤੱਕ ਸਾਡਾ ਹੋਵੇਗਾ। ਕਿਆ ਬਾਤ, ਇੱਥੇ ਬੜੀਆਂ ਆਫਰਾਂ ਦੇ ਰਿਹਾ ਜੀ ਨਾਲ। ਇਹ ਆਫਰ ਸਾਡੀ ਹਰ ਵੀਡੀਓ ਤੇ ਹੁੰਦੀ ਹੈ, 8 ਦਿਨ ਦੀ ਗਾਰੰਟੀ, ਹਰ ਵੀਡੀਓ ਦਾ 8 ਦਿਨ ਦੀ ਗਾਰੰਟੀ ਦੇ ਰਹੀ ਹੈ। ਨਹੀਂ ਅੱਗੇ ਬਿਮਾਰ ਦੀ ਕੋਈ ਨਹੀਂ ਹਾਜ਼ਰ ਨਾ। ਨਹੀਂ ਨਹੀਂ ਬਿਮਾਰ ਦੀ ਅੱਗੇ ਵੀ ਦੇ ਦੀ ਜੀ, ਕੋਈ ਮਸਲਾ ਨਹੀਂ, ਗੱਲ ਸਾਡੇ ਕੋਲ ਬਰਾ ਜਾਂਦਾ ਲਾ ਕੇ, ਆ ਕੱਟੇ ਹੀ ਨੇ, ਹਾਂਜੀ, ਤੇ ਲੈ ਕੇ ਹੁਣ ਬਾਈਰਾਂ ਜਾਣਾ। ਹੋ ਸਕਦਾ ਕਿ ਅਸੀਂ ਇਹਨੂੰ ਟੀਕਾ ਲਾਇਆ ਹੋਵੇ, ਉੱਥੇ ਜਾ ਕੇ ਲਗਾਉਣ ਲੱਗ ਪਵੇ, ਕੋਈ ਮਸਲਾ ਬਣ ਜਾਵੇ। ਹਾਂ ਸਹੀ ਗੱਲ ਹੈ, 8 ਦਿਨ ਦੀ ਕਿਉਂ ਗਾਰੰਟੀ ਦੇਣ ਦਾ? ਨਹੀਂ ਹੁਣ ਉਹ ਤਾਂ ਇੰਨਾ ਫਾਸਲਾ ਬੜਾ ਹੈ, ਹਾਂਜੀ, ਉਹਦਾ ਆਉਣ ਜਾਣ ਦਾ ਕਿਰਾਇਆ ਫਿਰ ਤੁਹਾਨੂੰ ਪੈ ਗਿਆ 100 ਕਿਲੋਮੀਟਰ ਤੱਕ ਸਾਡਾ ਕਿਰਾਇਆ। ਅੱਛਾ ਅੱਛਾ, ਫਿਰ ਠੀਕ ਹੈ ਜੀ, ਹਾਂਜੀ, 300 ਕਿਲੋਮੀਟਰ ਤੱਕ ਅਸੀਂ ਕਰਾ ਦੇ। 8 ਦਿਨ ਬਾਅਦ ਬਿਮਾਰ ਹੋ ਜਾਏ ਵਾਪਸੀ 300? 8 ਦਿਨ ਦੇ ਵਾਪਸ ਨਹੀਂ ਆਵੇਗਾ, 7ਵੇਂ ਦਿਨ। ਦੇਖੋ ਨਾ ਇੱਕ ਮੇਰੀ ਗੱਲ ਸੁਣੋ, ਅਗਰ ਇਹਨੂੰ ਕੋਈ ਮਸਲਾ ਨਾ, ਤੈਨੂੰ ਕੋਈ ਮੈਂ ਨਨਾਰਕਾ ਕੀਤੀ ਹੈ ਨਾ, ਹਾਂਜੀ, 1 ਦਿਨ, 2 ਦਿਨ, 3 ਦਿਨ, 4 ਦਿਨ, ਹਾਂਜੀ, ਹੁਣ ਅੱਖਾਂ ਦਿਨਾਂ ਬਾਅਦ ਨਹੀਂ ਨਾ ਕੋਈ ਮਸਲਾ ਬਾਅਦ ਕਰਨਾ। ਆ ਸਹੀ, ਉਹ 3-4 ਦਿਨ ਵਿੱਚ ਪਤਾ ਲੱਗ ਜਾਂਦਾ, ਉਹ ਕਿੰਨਾ ਦਿਨਾਂ 'ਚ ਪਤਾ ਲੱਗ ਜਾਂਦਾ, ਠੀਕ ਹੋ ਗਿਆ ਜੀ ਜੀ। ਔਰ ਕਿਸੇ ਭਰਾ ਨੂੰ ਮੇਰੇ ਨੂੰ ਸ਼ਿਕਵਾ ਗਿਲਾ ਮੇਰੇ ਤੇ, ਮੈਂ ਦੀ ਮਾਧਵ ਚਾਹਨਾ ਜਿਹੜੀ ਮੈਂ ਵੀਡੀਓ ਤੇ ਅੱਗੇ ਨਹੀਂ ਆਇਆ, ਤੇ ਲੋਕਾਂ ਜਿਹੜੇ ਬਾਈਰਾਂ ਦੇ ਆਰਡਰ ਲੇਟ ਹੋਏ ਨੇ ਉਹਨਾਂ ਨੂੰ ਵੀ ਮਾਜ਼ਰਤ ਹੈ, ਕਿਉਂਕਿ ਉਹਨਾਂ ਦਾ ਕੰਮ ਹੁਣ ਜਲਦ ਤੋਂ ਜਲਦ ਖਤਮ ਕਰਾਂਗੇ, ਆਰਡਰ ਜਿਹੜੇ ਫੜੇ ਨੇ। ਅੱਛਾ, ਜਿਹੜੇ ਆਰਡਰ ਫੜੇ ਹੋਏ ਨੇ ਜੀ ਜੀ, ਠੀਕ ਹੈ ਸਰ, ਬਹੁਤ ਮਿਹਰਬਾਨੀ, ਵੀਡੀਓ ਲੰਬੀ ਹੋ ਗਈ ਹੈ, ਅਗਰ ਆਪਕੋ ਹਮਾਰੀ ਵੀਡੀਓ ਅੱਛੀ ਲੱਗੇ ਤੋ ਲਾਈਕ ਕਰੇ, ਕਮੈਂਟਸ ਕਰੇ, ਸ਼ੇਅਰ ਕਰੇ, ਦੋ ਮੈਂ ਯਾਦ ਰੱਖੇ, ਨੈਕਸਟ ਵੀਡੀਓ ਤੱਕ ਇੰਤਜ਼ਾਰ ਕਰੇ, ਪਾਕਿਸਤਾਨ ਜ਼ਿੰਦਾਬਾਦ ਦਾ ਕਮੈਂਟਸ ਲਾਜ਼ਮੀ ਕਰੇ ਔਰ ਪਾਕ ਆਰਮੀ ਜ਼ਿੰਦਾਬਾਦ ਕਾ ਵੀ ਕਮੈਂਟਸ ਲਾਜ਼ਮੀ ਕਰੇ, ਤੋ ਜ਼ਿਆਦਾ ਦੀਜੀਏ, ਨੈਕਸਟ ਵੀਡੀਓ ਤੱਕ ਇੰਤਜ਼ਾਰ ਕੀਜੀਏ, ਆਪਣੇ ਬਾਈ ਅਜੀਤ ਖਾਨ ਕੋ। ਕੋਈ ਵੀ ਮੇਰੇ ਭਰਾ ਨੂੰ ਸ਼ਿਕਵਾ ਗਿਲਾ ਨਾ, ਹਾਂਜੀ, ਮੇਰਾ ਪਰਸਨਲ ਨੰਬਰ ਹੈ 0306-0301-3481-361, ਅਗਰ ਕਿਸੇ ਨੂੰ ਪਰਸਨਲ ਮੇਰੇ ਨਾਲ ਗੱਲ ਕਰਨੀ ਹੈ ਜਾਂ ਕੋਈ ਵੀ ਮਸਲਾ, ਤੁਸੀਂ ਮੇਰੇ ਨਾਲ ਰਾਬਤਾ ਕਰ ਸਕਦੇ ਹੋ। 0300 ਪੂਰੇ ਵਾਲਾ ਨੰਬਰ ਬੰਦ ਵੀ ਹੋ ਸਕਦਾ, ਅਕਸਰ ਬੰਦ ਹੁੰਦਾ ਕਿਉਂਕਿ ਮੰਡੀਆਂ ਤੇ ਵੀ ਕਰਦਾ ਸਾਰਾ ਕੰਮ ਕਰੀਦਾ, ਹਾਂਜੀ ਹਾਂਜੀ, ਉਹ 2-4 ਘੰਟੇ ਚਲਾ ਜਾਈਦਾ, 2-4 ਘੰਟੇ ਬੰਦ ਕਰੀਦਾ। ਅਗਰ ਮੇਰੇ ਭਰਾ ਨੇ
ਮੇਰਾ 24 ਘੰਟੇ ਨੰਬਰ 0300 ਕਾਲਾ ਚੱਲਦਾ ਹੋਵੇਗਾ ਠੀਕ ਹੈ ਜੀ ਠੀਕ ਹੋ ਸਰ ਇਹਨੇ ਕਰੋ ਰਾਤੀ ਕਰੋ ਤੁਹਾਡੀ ਪਹਿਲੀ ਦੂਸਰੀ ਕਾਲ ਲਾਜ਼ਮੀ ਚੁਣੀ ਜਾਏਗੀ ਜੀ ਠੀਕ ਹੋ ਗਿਆ ਸਰ ਬਹੁਤ ਮਿਹਰਬਾਨੀ ਪਾਕਿਸਤਾਨ ਜ਼ਿੰਦਾਬਾਦ